ਹਾਂਜੀ ਦੋਸਤੋ, ਫਾਈਨਲੀ ਤੁਹਾਡਾ ਅਕਾਊਂਟ ਦਾ ਪੇਪਰ ਹੋ ਗਿਆ ਅਤੇ ਪੇਪਰ ਈਜ਼ੀ ਸੀ, ਜਾਣ ਕੇ ਬੜੀ ਖੁਸ਼ੀ ਹੋਈ ਕਿਉਂਕਿ ਸਾਰੇ ਬੱਚੇ ਡਰੇ ਹੋਏ ਸੀ। ਇੱਕ ਛੁੱਟੀ ਸੀ ਸਿਰਫ ਅਤੇ ਅਕਾਊਂਟ ਦਾ ਪੇਪਰ ਕਰਨਾ ਇੱਕ ਤਾਂ ਇੰਪੋਸੀਬਲ ਟਾਸਕ ਸੀ। ਸੋ ਫਾਈਨਲੀ ਤੁਹਾਡਾ ਪੇਪਰ ਹੋ ਗਿਆ, ਐਂਡ ਤੁਹਾਡਾ ਪੇਪਰ ਕਿੱਦਾਂ ਦਾ ਹੋਇਆ ਕਮੈਂਟ ਜ਼ਰੂਰ ਕਰ ਦਿਉ, ਹੁਣੇ ਸਟਾਰਟ ਕਰ ਦਿਉ। ਸੋ ਬੱਚੋ ਦੇਖੋ, ਆਪਾਂ ਦੇਖਦੇ ਹਾਂ ਇੱਕ ਇੱਕ ਨੰਬਰ ਵਾਲੇ ਕੁਐਸਚਨ ਕਿੱਦਾਂ ਦੇ ਹੋਏ ਤੁਹਾਡੇ, ਠੀਕ ਹੈ। ਬਾਕੀ ਦੋ ਦੋ ਨੰਬਰ ਵਾਲੇ ਕੁਐਸਚਨ ਜਿਹੜੇ ਆ ਉਹ ਸ਼ਾਮ ਤੱਕ ਅਪਲੋਡ ਕਰ ਦੂੰਗਾ। ਸੋ ਦੇਖੋ ਬੱਚਿਓ, ਸਭ ਤੋਂ ਪਹਿਲਾਂ ਜਿਹੜਾ ਇਹ ਮੇਰੇ ਕੋਲ ਜਿਹੜਾ ਹੈਗਾ ਆ ਸੈਕਸ਼ਨ ਸੀ ਹੈ, ਉਸ ਅਕੋਰਡਿੰਗ ਤੁਸੀਂ ਮੈਚ ਕਰ ਲਿਓ। ਮੇਰੇ ਕੋਲ ਸੈਕਸ਼ਨ ਸੀ ਹੈ ਇਸ ਟਾਈਮ, ਠੀਕ ਹੈ। ਸੋ ਦੇਖੋ, 142 ਸੈਕਸ਼ਨ ਸੀ ਅਕਾਊਂਟਸ ਦਾ ਪੇਪਰ, ਇੰਗਲਿਸ਼ ਵਰਜ਼ਨ ਹੈ, ਤੋ ਪੰਜਾਬੀ ਵਰਜ਼ਨ ਵਾਲੇ ਵੀ ਐਡਜਸਟਮੈਂਟ ਕਰ ਲਿਓ ਥੋੜ੍ਹੀ, ਠੀਕ ਹੈ। ਸੋ ਦੇਖੋ, ਜਿਹੜਾ ਪਹਿਲਾ ਸੀਗਾ ਪ੍ਰਸ਼ਨ, ਇਹ ਖਾਲੀ ਥਾਵਾਂ, ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਇਜ਼ ਏ ਡੈਸ਼ ਅਕਾਊਂਟ, ਠੀਕ ਹੈ। ਸੋ ਤੁਹਾਨੂੰ ਪਤਾ ਨੋਮੀਨਲ ਆ ਜਾਣਾ ਸੀ ਇਹਦਾ ਰਾਈਟ ਆਂਸਰ। ਸੈਕਿੰਡ ਬੱਚੇ, ਡਿਕਰੀਜ਼ ਇਨ ਲਾਇਬਿਲਿਟੀ ਇਜ਼ ਏ, ਕੀ ਹੁੰਦਾ ਡਿਕਰੀਜ਼ ਇਨ ਲਾਇਬਿਲਿਟੀ, ਲਾਇਬਿਲਿਟੀ ਘੱਟ ਰਹੀ ਹੈ ਤੁਹਾਡੀ, ਸੋ ਇਹ ਗੇਨ ਹੈ, ਓਕੇ। ਉਸ ਤੋਂ ਬਾਅਦ ਬੱਚੇ ਤੀਸਰਾ ਹੈ ਕਿ ਰਿਟਾਇਰਮੈਂਟ ਆਫ ਪਾਰਟਨਰ ਰਿਜ਼ਲਟ ਇਨ ਡੈਸ਼ ਆਫ ਫਰਮ, ਠੀਕ ਹੈ। ਸੋ ਕੀ ਆਏਗਾ, ਰੀਕੰਸਟੀਟਿਊਸ਼ਨ ਆਫ ਫਰਮ। ਉਸ ਤੋਂ ਬਾਅਦ ਬੱਚੇ ਚੌਥਾ ਪ੍ਰਸ਼ਨ ਹੈ ਸਾਡਾ ਕਿ ਦ ਫਰਮਸ ਡੈਬਿਟ, ਠੀਕ ਹੈ, ਆਲ ਪਾਰਟਨਰਸ ਆਰ ਲਾਇਬਲ ਐਂਡ ਸਰਵ ਡੈਸ਼ ਐਂਡ ਡੈਸ਼ ਸਰਵਲੀ, ਠੀਕ ਹੈ, ਐਂਡ ਸਰਵਲੀ। ਸੋ ਬੱਚੇ ਜੁਆਇੰਟਲੀ ਐਂਡ ਸਰਵਲੀ, ਸੋ ਇਹਦੇ ਵਿੱਚ ਜੁਆਇੰਟਲੀ ਆਉਣਾ ਸੀਗਾ। ਆਈ ਹੋਪ ਇਸ ਈਜ਼ੀ ਸੀਗੇ, ਸਾਰੇ ਬੱਚਿਆਂ ਨੇ ਕੀਤੇ ਹੋਣੇ ਆ। ਉਸ ਤੋਂ ਬਾਅਦ ਵਿੱਚ ਜਿਹੜਾ ਪੰਜਵਾਂ ਸੀ ਕਿ ਵੈਨ ਡੇਟਸ ਆਫ ਵਿਦਡਰੋਲ ਆਰ ਨੋਟ ਮੈਂਸ਼ਨ ਇੰਟਰਸਟ ਔਨ ਡਰੋਇੰਗਸ ਚਾਰਜ ਫੋਰ, ਕਿੰਨੇ ਮਹੀਨੇ ਦਾ ਚਾਰਜ ਕੀਤਾ ਜਾਂਦਾ ਹੈ, ਇਹਦਾ ਰਾਈਟ ਆਂਸਰ ਆਉਣਾ ਸੀ ਸੀ, 6 ਮੰਥ ਲਈ, ਓਕੇ। ਸੋ ਨੈਕਸਟ ਬੱਚੇ ਛੇਵਾਂ ਹੈਗਾ ਸੀ, ਰੀਵੈਲਿਊਸ਼ਨ ਅਕਾਊਂਟ ਇਜ਼ ਪ੍ਰਪੇਅਰ ਟੂ ਡੈਸ਼ ਦਾ ਐਸੈਟਸ ਐਂਡ ਲਾਇਬਿਲਿਟੀ। ਰੀਵੈਲਿਊਸ਼ਨ ਅਕਾਊਂਟ ਤੁਹਾਨੂੰ ਮੈਂ ਕੱਲ੍ਹ ਵੀ ਦੱਸਿਆ ਕਿਉਂ ਬਣਾਇਆ ਜਾਂਦਾ ਹੈ, ਰਿਵਾਈਜ਼ ਕਰਨ ਲਈ, ਠੀਕ ਹੈ। ਰੀਵੈਲਿਊ ਚੈੱਕ, ਰੀਵੈਲਿਊਸ਼ਨ ਦਾ ਮਤਲਬ ਰਿਵਾਈਜ਼ ਕਰਨਾ ਨਾ, ਦੁਬਾਰਾ ਵੈਲਿਊ ਚੈੱਕ ਕਰਨਾ, ਸੋ ਰਿਵਾਈਜ਼ ਆ ਜਾਣਾ ਸੀ, ਡੀ ਆਪਸ਼ਨ ਇਜ਼ ਰਾਈਟ ਆਂਸਰ ਆਉਣਾ ਸੀ ਇਹਦਾ। ਉਸ ਤੋਂ ਬਾਅਦ ਬੱਚੇ ਛੇਵਾਂ ਸਾਡਾ ਕਿ ਸੈਕਰੀਫਾਈਜ਼ਿੰਗ ਰੇਸ਼ੋ ਇਜ਼ ਯੂਜ਼ ਟੂ ਡਿਸਟ੍ਰੀਬਿਊਟ, ਸੈਕਰੀਫਾਈਜ਼ਿੰਗ ਰੇਸ਼ੋ ਆਪਾਂ ਕੀ ਡਿਸਟ੍ਰੀਬਿਊਟ ਕਰਨ ਲਈ ਕਰਦੇ ਹਾਂ, ਇਨ ਦਾ ਕੇਸ ਆਫ ਐਡਮਿਸ਼ਨ ਹੋਵੇ, ਰਿਟਾਇਰਮੈਂਟ ਹੋਵੇ, ਕੁਛ ਵੀ ਹੋਵੇ, ਆਪਾਂ ਸੈਕਰੀਫਾਈਜ਼ਿੰਗ ਰੇਸ਼ੋ ਜਾਂ ਗੇਨਿੰਗ ਰੇਸ਼ੋ ਹਮੇਸ਼ਾ ਗੁੱਡਵਿਲ ਨੂੰ ਡਿਸਟ੍ਰੀਬਿਊਟ ਕਰਨ ਲਈ ਹੀ ਬਣਦੇ ਹਾਂ, ਓਕੇ। ਸੋ ਗੁੱਡਵਿਲ ਇਜ਼ ਦਾ ਰਾਈਟ ਆਂਸਰ ਆ ਜਾਣਾ ਸੀ ਇਹਦਾ। ਹੋਰ ਕਿਵੇਂ ਦਾ ਪੇਪਰ? ਵਧੀਆ, ਓਕੇ, ਆਹ ਦੇਖਣਾ। ਉਸ ਤੋਂ ਬਾਅਦ ਜਿਹੜਾ ਅੱਠਵਾਂ ਪ੍ਰਸ਼ਨ ਸੀਗਾ, ਐਕਸ ਵਾਈ ਜੈਡ ਆਰ ਪਾਰਟਨਰ ਸ਼ੇਅਰਿੰਗ ਪ੍ਰੋਫਿਟ ਰੇਸ਼ੋ 3:2:2, ਇਫ ਨਿਊ ਰੇਸ਼ੋ ਆਫ ਰਿਟਾਇਰਮੈਂਟ ਆਫ ਐਕਸ, ਐਕਸ ਦੇ ਰਿਟਾਇਰ ਹੋਣ 'ਤੇ ਵਾਈ ਅਤੇ ਜੈਡ ਦੀ ਰੇਸ਼ੋ 2:2 ਸੀ ਨਾ, ਮਤਲਬ ਕਿ ਐਕਸ ਮਤਲਬ ਕਿ ਰਿਟਾਇਰ ਹੋ ਗਿਆ ਐਕਸ, ਅਤੇ ਰੇਸ਼ੋ ਰਹਿ ਗਈ ਇਹਨਾਂ ਦੀ ਆ ਵਾਲੀ, ਅਤੇ ਹਾਂ ਨਿਊ ਰੇਸ਼ੋ ਆ, ਇਹਦਾ ਰਾਈਟ ਆਂਸਰ ਆਉਣਾ ਸੀਗਾ 2:1, ਰਾਈਟ 2:1, ਕਿਸ ਚੀਜ਼ ਆਂਸਰ। ਉਸ ਤੋਂ ਬਾਅਦ ਬੱਚਿਓ, ਵਟ ਇਜ਼ ਲਗੇਸੀ, ਤੁਹਾਨੂੰ ਪਤਾ ਹੀ ਹੈ। ਨੈਕਸਟ ਪਾਰਟਨਰਸ਼ਿਪ ਡੀਡ, ਵਟ ਯੂ ਮੀਨ ਬਾਏ ਨਿਊ ਪਾਰਟਨਰ ਐਡਮਿਸ਼ਨ। ਉਸ ਤੋਂ ਬਾਅਦ ਇੱਕ ਮਿੰਟ, ਐਟ ਦ ਰੇਟ ਆਫ ਇੰਟਰਸਟ ਇਜ਼ ਪੇਬਲ ਔਨ ਦਾ ਰਿਮੇਨਿੰਗ ਅਨਪੇਡ ਐਕਸੀਕਿਊਟਰ ਡਿਸੀਜ਼ ਪਾਰਟਨਰਸ, ਅਮਾਊਂਟ ਜਿਹੜਾ ਰਹਿ ਜਾਂਦਾ ਸਾਡਾ ਰਿਮੇਨਿੰਗ ਪਾਰਟਨਰ ਦਾ, ਕਿੰਨਾ ਦਿੰਦੇ ਹਾਂ, 6%, ਠੀਕ ਹੈ। ਸੋ ਇਹਦਾ 6% ਆਨਸਰ ਆ ਜਾਣਾ ਸੀਗਾ। ਉਸ ਤੋਂ ਬਾਅਦ ਬੱਚੋ ਨੈਕਸਟ ਹੈ ਕਿ ਇਹ ਵਟ ਇਜ਼ ਇੱਕ ਨੰਬਰ ਦਾ ਸੀਗਾ, ਵਟ ਇਜ਼ ਡਿਸੋਲੇਸ਼ਨ ਆਫ ਪਾਰਟਨਰਸ਼ਿਪ ਫਰਮ ਬਾਏ ਨੋਟਿਸ, ਇੱਕ ਨੰਬਰ ਸੀ। ਉਸ ਤੋਂ ਬਾਅਦ ਟਰੂ ਫੋਲਸ ਦੇਖੋ ਬੱਚਿਓ, ਪਹਿਲਾ ਸੀਗਾ ਕਿ ਐਕਸੈਸ ਆਫ ਇਨਕਮ ਓਵਰ ਐਕਸਪੈਂਡੀਚਰ ਇਜ਼ ਕਾਲਡ ਡੈਫੀਸ਼ਿਟ, ਫੋਲਸ ਸੀ। ਨੈਕਸਟ ਹੈ 15, ਐਟਲੀਸਟ 3 ਪਾਰਟਨਰਸ ਆਰ ਨੈਸੈਸਰੀ ਫੋਰ ਫੋਰਮਿੰਗ ਪਾਰਟਨਰਸ਼ਿਪ, ਇਹ ਵੀ ਫੋਲਸ ਸੀ। ਨੈਕਸਟ ਹੈ ਗੁੱਡਵਿਲ ਇਜ਼ ਏ ਫਿਕਟੀਸ਼ੀਅਸ ਐਸੈਟ, ਫੋਲਸ। ਹਾਂ, ਸੋ ਸੈਕਰੀਫਾਈਜ਼ਿੰਗ ਰੇਸ਼ੋ ਐਂਡ ਓਲਡ ਰੇਸ਼ੋ ਆਲਵੇਜ਼ ਸੇਮ, ਇਹ ਵੀ ਫੋਲਸ ਹੀ ਸੀਗਾ। ਇੱਕ ਹੀ ਸਿਰਫ ਸਹੀ ਸੀ, ਕਿਹੜਾ, ਵਰਕਮੈਨ ਕੰਪਨਸੇਸ਼ਨ ਫੰਡ ਇਜ਼ ਆਊਟਸਟੈਂਡਿੰਗ ਲਾਇਬਿਲਿਟੀ।
ਰਾਈਟ ਕਿਸ ਚੀਜ਼ ਦਾ ਆਨਸਰ ਸੈਕਿੰਡ ਦਾ ਮੇਰਾ ਤਾਂ ਬਤਾ ਰਿਹਾ ਹੈ ਕੈਲਸੀ ਦੋ ਠੀਕ ਹੈ ਇੱਕ ਮਿੰਟ ਵਿੱਚ ਤੁਹਾਨੂੰ ਮੈਂ ਸੈਕਿੰਡ ਦਾ ਆਨਸਰ ਦੱਸ ਰਿਹਾ ਸੈਕਿੰਡ ਦੇਖੋ ਸਾਡੇ ਕੋਲ ਕੀ ਹੈ ਐਸਿਡਸ ਹੈ ਕਿੰਨਾ 20 lakh ਲਾਇਬਿਲਟੀਜ਼ ਹੈ 8,40,000 ਅਰਨ ਐਨੂਅਲ ਪ੍ਰੋਫਿਟ 1,80,000 ਠੀਕ ਹੈ ਇਹ ਤੁਹਾਡਾ ਐਵਰੇਜ ਪ੍ਰੋਫਿਟ ਹੋ ਗਿਆ 1,80,000 ਨੋਰਮਲ ਰੇਟ ਆਫ ਰਿਟਰਨ 15% ਹੈ ਆਪਾਂ ਕੈਲਕੂਲੇਟ ਕਰਨਾ ਆ ਗੁੱਡ ਬਿਲ ਮੈਥਡ ਲਗਾਉਣਾ ਆ ਕੈਪੀਟਲਾਈਜ਼ ਮੈਥਡ ਆਫ ਸੁਪਰ ਪ੍ਰੋਫਿਟ ਸੋ ਐਵਰੇਜ ਪ੍ਰੋਫਿਟ ਪਤਾ ਆ ਸਾਨੂੰ ਸੁਪਰ ਪ੍ਰੋਫਿਟ ਕੱਢਣ ਲਈ ਕੀ ਕਰਨਾ ਪੈਣਾ ਐਵਰੇਜ ਪ੍ਰੋਫਿਟ ਮਾਈਨਸ ਨੋਰਮਲ ਪ੍ਰੋਫਿਟ ਨੋਰਮਲ ਪ੍ਰੋਫਿਟ ਕੱਢਣ ਦਾ ਫਾਰਮੂਲਾ ਕੀ ਹੈ ਹਾਂ ਕੈਪੀਟਲ ਇੰਪਲੋਇਡ ਐਸੈਟਸ ਮਾਈਨਸ ਲਾਇਬਿਲਟੀ ਕਰ ਲਓ 20 lakh ਮਾਈਨਸ 8,40,000 ਕਿੰਨਾ ਆ ਗਿਆ 11,60,000 ਠੀਕ ਹੈ ਇਹਦੇ 'ਤੇ ਲਗਾ ਦਿਓ 15% 15% ਲਗਾਓਗੇ ਕਿੰਨਾ ਆ ਜਾਣਾ ਹੈ ਆ ਗਿਆ 1,74,000 ਰਾਈਟ ਸੋ ਹਾਂ 1,80,000 ਚੋਂ ਮਾਈਨਸ ਕਰ ਦਿਓ 6,000 ਸਾਡੇ ਕੋਲ ਆ ਜਾਏਗਾ ਸੁਪਰ ਪ੍ਰੋਫਿਟ ਠੀਕ ਹੈ ਹਾਂ ਬਸ ਸਿੰਪਲ ਸੁਪਰ ਪ੍ਰੋਫਿਟ ਦਾ ਕੈਪੀਟਲਾਈਜ਼ ਕਰ ਦਿਓ ਗੁਣਾ 100 ਠੀਕ ਹੈ ਡਿਵਾਈਡਡ ਬਾਏ 15 ਸੈਕਿੰਡ 40,000 ਆਨਸਰ ਠੀਕ ਹੈ ਤੁਹਾਡੇ ਸਾਰਿਆਂ ਦਾ 40,000 ਹੀ ਆਨਸਰ ਆਇਆ ਹੈ ਸਹੀ ਹੈ ਬਿਲਕੁਲ ਇੱਕ ਇੱਕ ਨੰਬਰ ਵਾਲੇ ਸਹੀ ਸੀ ਤੇਰੇ ਆਓ ਸਰ ਉਹ ਕਰਾ ਗਈ ਜੱਟੀ ਮੈਡਮ ਚਲੋ ਵੈਰੀ ਗੁੱਡ ਸ਼ਾਬਾਸ਼ ਕਿਹੜਾ 1,05,000 ਵਾਲਾ ਸਰ ਇਹ ਬਸ ਡੈਥ ਵਾਲਾ ਜੇ ਸਹੀ ਹੋਇਆ ਮੈਂ ਡੈਥ ਵਾਲਾ ਦੂਸਰਾ ਹੀ ਕੁਐਸਚਨ ਹੈ ਹਾਂ ਮੇ ਦੂਜਾ ਤਾਂ ਇਹ ਸਾਰੇ ਸੈੱਟ ਹੋ ਰਹਾ ਨਾ ਇਹਦੇ ਸੈਕਸ਼ਨ ਅੱਛਾ ਸੈੱਟ ਸੀ ਐਸ ਆਪਣੇ ਕੋਲ ਠੀਕ ਹੈ ਇਹਦੇ ਵਿੱਚੋਂ ਕਿਹੜਾ ਕੁਐਸਚਨ ਹੈ ਆ ਵਾਲਾ ਸਰ ਆ ਵਾਲਾ ਠੀਕ ਹੈ ਬੱਚੋ ਦੇਖੋ ਫੋਰਥ ਐਕਸ ਵਾਈ ਜੈਡ ਆਰ 3 ਪਾਰਟਨਰਸ ਸ਼ੇਅਰਿੰਗ ਪ੍ਰੋਫਿਟ ਰੇਸ਼ੋ 2:2:1 ਹੈ ਵਾਈ ਡੈਡ ਔਨ 1 April 2022 ਪ੍ਰੋਫਿਟ ਆਫ ਲਾਸਟ ਈਅਰ ਕਿੰਨੀ ਹੈ 1,05,000 ਕੈਲਕੂਲੇਟ ਦਾ ਵਾਈਸ ਪ੍ਰੋਫਿਟ ਇਨ ਪ੍ਰੀਵੀਅਸ ਈਅਰ ਦੇ ਵਿੱਚ ਠੀਕ ਹੈ ਸਿੰਪਲ ਤੁਸੀਂ ਕੀ ਕਰਨਾ ਸੀ 1,05,000 ਪ੍ਰੋਫਿਟ ਹੈ ਠੀਕ ਹੈ 1,05,000 ਪ੍ਰੋਫਿਟ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਇਹ ਪੂਰੇ ਸਾਲ ਦਾ ਹੈ ਠੀਕ ਹੈ 1,05,000 ਕੀ ਹੈ ਪੂਰੇ ਸਾਲ ਦਾ ਇਹਦੇ ਵਿੱਚ ਸਭ ਤੋਂ ਪਹਿਲਾਂ ਕਿੰਨੇ ਮਹੀਨੇ ਦਾ ਕੱਢਣਾ ਆਪਾਂ ਦੇਖੋ 1 April ਨੂੰ ਮਰ ਗਿਆ ਨਾ ਯਾਨੀ ਕਿ 3 ਮਹੀਨੇ ਰਿਹਾ ਸਿਰ ਬਿਜ਼ਨਸ ਵਿੱਚ ਸੋ 3 ਮਹੀਨੇ ਦਾ ਦੇਖੋ ਪ੍ਰੋਫਿਟ ਕਿੰਨਾ ਆਉਣਾ ਹੈ ਮਲਟੀਪਲਾਈ ਬਾਏ 3 ਡਿਵਾਈਡਡ ਬਾਏ 12 ਸਾਡੇ ਕੋਲ ਆ ਗਿਆ 26,250 ਨਹੀਂ ਇਹਦੇ ਤਾਂ ਆਪਾਂ ਉਹਦਾ ਹਿੱਸਾ ਵੀ ਕੱਢਾਂਗੇ ਨਾ ਵਾਈ ਦਾ ਸੋ ਵਾਈ ਦਾ ਕਿੰਨਾ ਹੈ ਸ਼ੇਅਰ 2/5 ਕਿੰਨਾ ਆਇਆ ਸਾਲਾ ਮੇਰਾ ਇਹੀ ਹੁੰਦਾ ਸੀ ਬਟ ਮੈਂ 42,000 ਲੈ ਕੇ ਆ ਗਿਆ 42,000 ਕਿਦਾਂ ਗਿਆ 10,500 ਆਣਾ ਬੱਚੇ ਕੁਸੇ ਨੇ ਕਹਿੰਦਾ ਕਿ ਸਿੱਧਾ ਹੀ ਇਹਨਾਂ ਇੱਥੇ ਰੋ ਕਰਦੇ ਨੋ 10,500 ਤੂੰ ਇਹ ਸਵੰਗ ਸਮ ਕਰਕੇ ਵੀ ਗਿਆ ਸੀਗਾ ਹਾਂ ਫਿਰ ਤੈਨੂੰ ਮੈਂ ਦੱਸਿਆ ਜਦੋਂ April ਨੂੰ ਖਤਮ ਹੋ ਰਿਹਾ ਤਾਂ ਓਬਵੀਅਸ 3 ਮਹੀਨੇ ਹੀ ਲੱਗੇ ਨਾ ਇੱਥੇ ਹੀ ਸਮ ਕਰ ਲੋਇਆ ਫਿਰ ਬਸ ਚਾਲ ਇੱਕ ਅੱਧ ਨੰਬਰ ਦੇਉਗੇ ਆ ਕੀ ਸੀ ਸਾਰਾ ਐਂਟਰੀ ਦਾ ਸੁਵਿਧਾ ਇਹਦੀ ਐਂਟਰੀ ਪੈਣੀ ਸੀ ਡੈਟਰਸ ਬੁੱਕ ਵੈਲਿਊ ਕਿੰਨੀ ਆ 1,00,000 ਹੈ ਰਿਲਾਇਜ਼ 7% ਡਿਸਕਾਊਂਟ ਠੀਕ ਹੈ ਹਾਂ 7% ਡਿਸਕਾਊਂਟ 7,000 ਆ ਗਿਆ 93,000 ਦਾ ਆ ਜਾਣਾ ਸੀਗਾ ਇਹਦੇ ਐਂਟਰੀ ਆ ਜਾਣੀ ਸੀ ਸਿੰਪਲ ਬੈਂਕ ਅਕਾਊਂਟ ਡੈਬਿਟ ਟੂ ਰਿਲਾਈਜੇਸ਼ਨ ਅਕਾਊਂਟ ਡਿਸਕਾਊਂਟ ਨਹੀਂ ਪੈਂਦਾ ਹੁੰਦਾ ਬੱਚੇ ਰਿਲਾਇਜ਼ ਕੀਤਾ ਆਪਾਂ ਸਿੰਪਲ ਗੁੱਡ ਜੋਬ
ਲੈਂਡ 45000 ਬਾਅਦ ਪੇ ਆਫ ਟ੍ਰਾਂਸਫਰ ਦਾ ਮਸ਼ੀਨ ਨਹੀਂ ਹੁੰਦਾ ਇਹ ਦੱਸੋ ਯਾਰ ਇਹਦੇ ਕੀ ਪੈਸੇ ਲੋਨ ਆਫ 75000 ਵਾਸ ਪੇਡ ਆਫ ਬਾਈ ਟ੍ਰਾਂਸਫਰਿੰਗ ਦਾ ਮਸ਼ੀਨਰੀ ਆਫ ਦਾ ਸੇਮ ਵੈਲਿਊ ਆਪਾਂ ਉਹਨਾਂ ਨੂੰ ਮਸ਼ੀਨਰੀ ਦੇ ਦਿੱਤਾ ਲੋਨ ਪੇ ਆਫ ਹੋ ਗਿਆ ਕੋਈ ਐਂਟਰੀ ਨਹੀਂ ਪੈਣੀ ਸੀ ਅੱਗੇ ਦੇਖੋ ਸੈਕਸ਼ਨ ਬੀ ਸੈਕਸ਼ਨ ਬੀ ਕੀਤੇ ਸੀ ਇੱਕ ਇੱਕ ਨੰਬਰ ਵਾਲੇ ਸੋ ਦੇਖੋ ਬੱਚੇ ਸੈਕਸ਼ਨ ਬੀ ਦਾ ਪਹਿਲਾ ਜਿਹੜਾ ਹੈਗਾ ਇੱਕ ਪਬਲਿਕ ਕੰਪਨੀ ਮਸਟ ਹੈਵ ਐਟਲੀਸਟ 3 ਡਾਇਰੈਕਟਰਸ ਹਾਂ ਉਸ ਬਾਅਦ ਸੈਕਿੰਡ ਹੈ ਡਿਵੈਂਚਰ ਹੋਲਡਰ ਇੰਟਾਇਲ ਟੂ ਗੈਟ ਇੰਟਰਸਟ ਇਹਦਾ ਇੰਟਰਸਟ ਆ ਜਾਣਾ ਸੀ ਤੀਸਰੇ ਦਾ ਵਰਟੀਕਲ ਐਨਾਲਾਈਸਿਸ ਇਜ਼ ਆਲਸੋ ਨੋਨ ਐਜ ਡੈਸ਼ ਐਨਾਲਾਈਸਿਸ ਸਟੈਟਿਕ ਇਜ਼ ਅ ਰਾਈਟ ਆਨਸਰ ਠੀਕ ਹੈ ਉਸ ਤੋਂ ਬਾਅਦ ਚੌਥਾ ਹੈਗਾ ਇਫ ਸ਼ੇਅਰ 100 ਹੈ ਅਤੇ 70 ਪੇਡ ਆਫ ਹੈ ਇਜ਼ ਫੋਰਫਿਟਡ ਠੀਕ ਹੈ ਇਟ ਕੈਨ ਬੀ ਰੀਇਸ਼ੂ ਐਟ ਅ ਮਿਨੀਮਮ ਪ੍ਰਾਈਸ ਕਿਹੜੀ ਹੋਣੀਗੀ 30 ਠੀਕ ਹੈ ਮਿਨੀਮਮ ਪ੍ਰਾਈਸ ਇਜ਼ 30 ਬਿਲਕੁਲ ਸਹੀ ਹੈ ਚਲ ਉਸ ਤੋਂ ਬਾਅਦ ਪੰਜਵਾਂ ਹੈ ਫਿਕਸ ਐਸੈਟ ਆਫ ਦੀ ਕੰਪਨੀ ਇਨਕਰੀਜ਼ 10 lakh ਟੂ 16 lakh ਠੀਕ ਹੈ ਕਿੰਨਾ ਚੇਂਜ ਹੋਇਆ 6 lakh ਦਾ ਡਿਵਾਈਡਡ ਬਾਈ 10 lakh ਮਲਟੀਪਲਾਈ ਬਾਈ 100 ਕਿੰਨਾ ਜਾਣਾ ਸੀ 60% ਸਹੀ ਹੈ ਉਸ ਤੋਂ ਬਾਅਦ ਹਾਂ ਇਹਦਾ ਆਨਸਰ ਆ ਜਾਣਾ ਸੀ ਸੋਰਸ 10000 ਕਿਉਂਕਿ ਓਬੀਅਸ ਹੈ ਆਪਾਂ 10000 ਦੀ ਵੇਚੀ ਹੈ ਠੀਕ ਹੈ ਲੋਸ ਤਾਂ ਇਹਦੇ ਵਿੱਚ ਜਾਂਦਾ ਹੀ ਨਹੀਂ ਹੁੰਦਾ ਸੋਰਸ ਦੇ ਵਿੱਚ ਨਾ ਸੋ ਸਿੰਪਲ ਸਾਡਾ 10000 ਆਨਸਰ ਆ ਜਾਣਾ ਸੀ ਟਰੂ ਫੋਲਸ ਦੇ ਵਿੱਚ ਦੇਖੋ ਬੱਚੇ ਸਭ ਤੋਂ ਪਹਿਲਾਂ ਕਨਵਰਟੇਬਲ ਜਿਹੜਾ ਡਿਵੈਂਚਰ ਹੁੰਦਾ ਹੈ ਮੀਨਸ ਕੈਸ਼ ਨਹੀਂ ਹੁੰਦਾ ਹੈ ਸੋ ਫੋਲਸ ਹੈ ਉਸ ਤੋਂ ਬਾਅਦ ਪ੍ਰੀਲਿਮਿਨਰੀ ਐਕਸਪੈਂਸ ਇਨਕਲੂਡਡ ਇਨ ਕਰੰਟ ਲਾਇਬਿਲਟੀ ਇਹ ਵੀ ਫੋਲਸ ਹੈ ਐਂਡ ਲਾਸਟ ਵਾਲਾ ਸਹੀ ਸੀ ਕੈਸ਼ ਸੇਲਸ ਇਜ਼ ਐਗਜ਼ਾਮਪਲ ਆਫ ਕੈਸ਼ ਓਪਰੇਟਿੰਗ ਐਕਟੀਵਿਟੀ ਸਹੀ ਹੈ ਬਿਲਕੁਲ ਸੋ ਚਲੋ ਇਹਦਾ ਇਹਦੀ ਰੇਸ਼ੋ ਬੱਚੇ ਦੇਖੋ ਨਾ ਆਪਾਂ ਕਰੰਟ ਰੇਸ਼ੋ ਪਤਾ ਕਰਨਾ ਸੀਗਾ ਠੀਕ ਹੈ ਕਰੰਟ ਰੇਸ਼ੋ ਦੇਖੋ ਆਪਾਂ ਕੀ ਪਤਾ ਕਰਨਾ ਕਰੰਟ ਐਸੈਟ ਓਵਰ ਕਰੰਟ ਲਾਇਬਿਲਟੀ ਠੀਕ ਹੈ ਉਹ ਪਤਾ ਕਰਨ ਲਈ ਦੇਖੋ ਸਾਡੇ ਕੋਲ ਟੋਟਲ ਕੀ ਦਿੱਤਾ ਹੋਇਆ ਟੋਟਲ ਡੈਟ ਵਿੱਚੋਂ 2 lakh ਵਿੱਚੋਂ 1,20,000 ਮਾਈਨਸ ਕਰ ਦਿਓ 80000 ਆ ਜਾਣਾ ਤੁਹਾਡਾ ਕਰੰਟ ਲਾਇਬਿਲਟੀ ਹਾਂ ਕਰੰਟ ਲਾਇਬਿਲਟੀ ਆ ਗਿਆ 80000 ਠੀਕ ਹੈ ਸੋ ਉਸ ਤੋਂ ਬਾਅਦ ਵਰਕਿੰਗ ਕੈਪੀਟਲ ਦਾ ਫਾਰਮੂਲਾ ਲਗਾਓ ਵਰਕਿੰਗ ਕੈਪੀਟਲ ਇਕੁਅਲਸ ਟੂ ਐਸੈਟਸ ਮਾਈਨਸ ਲਾਇਬਿਲਟੀ ਹਾਂ ਫਿਰ ਪਲੱਸ ਕਰ ਦਿਓ 2,40,000 ਆ ਗਿਆ 2,40,000 ਬਾਈ ਡਿਵਾਈਡਡ 80 lakh ਹਾਂ 3:1 ਇਜ਼ ਦਾ ਰਾਈਟ ਆਨਸਰ ਇਹਦਾ ਆਣਾ 3:1 ਹੈ ਨਹੀਂ 3:1 ਇਜ਼ ਦਾ ਰਾਈਟ ਆਨਸਰ ਆਣਾ ਹੈ ਸੋ ਬੱਚਿਓ ਬਾਕੀ ਤੁਹਾਡਾ ਕਿੱਦਾਂ ਦਾ ਪੇਪਰ ਹੋਇਆ ਕਿੰਨੇ ਨੰਬਰ ਬਣਦੇ ਆ 30 ਦੇ ਵਿੱਚੋਂ ਉਹ ਕਮੈਂਟ ਕਰਕੇ ਜ਼ਰੂਰ ਦੱਸੋ ਬਾਕੀ ਸਾਰਾ ਪੇਪਰ ਮੈਂ ਸ਼ਾਮ ਤੱਕ ਅਪਲੋਡ ਕਰ ਦੂੰਗਾ ਜ਼ਰੂਰ ਦੇਖ ਲਿਓ ਤੁਸੀਂ ਠੀਕ ਹੈ ਸੋ ਆਪਣੇ ਦੋਸਤਾਂ ਨੂੰ ਵੀ ਸ਼ੇਅਰ ਕਰ ਦਿਓ ਸੋ ਕੀਪ ਲਰਨਿੰਗ ਕੀਪ ਸਮਾਈਲਿੰਗ